ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਮੋਦੀ ਫਾਰਮ ਨੂੰ ਭਰਨ ਲਈ ਹਰ ਮਹੀਨੇ 2500 ਰੁਪਏ ਰਸੋਈ ਰਾਸ਼ਨ ਲਈ ਅਤੇ ਹਰ ਅਕਾਊਂਟ ਵਿੱਚ 15 ਲੱਖ ਰੁਪਏ ਆਉਣ ਦੀ ਅਫਵਾਹ ਕਾਰਨ ਵਿਲਗਾ ਦੇ ਸੇਵਾ ਕੇਂਦਰ ਵਿੱਚ ਔਰਤਾਂ ਵੱਲੋਂ ਫਾਰਮ ਭਰਨ ਲਈ ਸਵੇਰੇ 7 ਵਜੇ ਲੰਬੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਫਾਰਮ 20 ਰੁਪਏ ਤੋਂ ਲੈ ਕੇ 100 ਰੁਪਏ ਤੱਕ ਮਿਲ ਰਹੇ ਹਨ। ਜਦੋਂ ਇਸ ਬਾਰੇ SDM ਫਲੋਰ ਸ਼੍ਰੀ ਰਾਜੇਸ਼ ਸ਼ਰਮਾ ਜੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇਹ ਸਭ ਝੂਠੀਆਂ ਅਫਵਾਹਾਂ ਹਨ, ਸਰਕਾਰ ਵੱਲੋਂ ਇਸ ਤਰ੍ਹਾਂ ਦੀ ਕੋਈ ਵੀ ਸਕੀਮ ਨਹੀਂ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਤਰ੍ਹਾਂ ਦੀ ਅਫਵਾਹ ਵੱਲ ਧਿਆਨ ਨਾ ਦੇਣ ਅਤੇ ਆਪਣਾ ਟਾਈਮ ਨਾ ਖਰਾਬ ਕਰਨ। ਜਦੋਂ ਕੋਈ ਸਕੀਮ ਆਉਂਦੀ ਹੈ ਉਸ ਬਾਰੇ ਜਾਣਕਾਰੀ ਦੱਸੀ ਜਾਂਦੀ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਹੁਣ 20 ਤਰੀਕ ਨੂੰ ਪ੍ਰਧਾਨ ਮੰਤਰੀ ਜੀ ਵੱਲੋਂ ਇੱਕ ਨਵੀਂ ਸਕੀਮ ਲਾਗੂ ਹੋ ਰਹੀ ਹੈ, ਉਸ ਦੀਆਂ ਕਾਪੀਆਂ ਸਾਰੇ ਦਫ਼ਤਰਾਂ ਵਿੱਚ ਭੇਜ ਦਿੱਤੀਆਂ ਜਾਣਗੀਆਂ। ਦਵਿੰਦਰ ਜੋਹਲ, ਬਿਲਗਾ ਦੀ ਰਿਪੋਰਟ। ਅਫਸਰ ਨੇ ਨੀ ਕਿਹਾ ਤੁਸੀਂ ਇੱਕ ਦੂਜੀ ਦੀਆਂ ਗੱਲਾਂ ਸੁਣ ਕੇ ਜਾਂਦੇ, ਕਿਸੇ ਨੂੰ ਘਰ ਦਾ ਸੁਨੇਹਾ ਤਾਂ ਨਹੀਂ ਦਿੱਤਾ ਮਿਲਦਾ ਕੋਈ ਚੀਜ਼। ਉਸ ਬਾਰੇ ਮੈਂ ਇਹੋ ਕਹਿਣਾ ਚਾਹੁੰਦਾ ਹਾਂ ਕਿ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਕੋਈ ਸਕੀਮ ਕੱਢੀ ਹੈ ਅਤੇ ਉਹਨਾਂ ਦੇ ਖਾਤੇ ਦੇ ਵਿੱਚ 15-15 ਲੱਖ ਰੁਪਇਆ ਆਏਗਾ। ਸਰਕਾਰ ਦੀ ਇੱਦਾਂ ਦੀ ਕੋਈ ਸਕੀਮ ਨਹੀਂ ਹੈ, ਇਹ ਸਾਡੇ ਜਿਹੜੇ ਭੋਲੇ ਭਾਲੇ ਲੋਕ ਨੇ ਇਹਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਔਰ ਏਜੰਟ ਇਹਨਾਂ ਕੋਲ ਪੈਸੇ ਲੈ ਕੇ ਅਤੇ ਫਾਰਮ ਭਰ ਰਹੇ ਨੇ। ਇਸ ਬਾਰੇ ਮੈਂ ਪਹਿਲੇ ਹੀ ਸੇਵਾ ਕੇਂਦਰਾਂ ਨੂੰ ਵੀ ਕਹਿ ਦਿੱਤਾ ਹੈ ਵੀ ਜੇ ਕੋਈ ਇਸ ਤਰ੍ਹਾਂ ਦਾ ਫਾਰਮ ਆਉਂਦਾ ਲੋਕਾਂ ਨੂੰ ਉਹ ਖੁਦ ਵੀ ਦੱਸਣ ਵੀ ਇਸ ਸਰਕਾਰ ਦੀ ਇਸ ਤਰ੍ਹਾਂ ਦੀ ਹਾਲੇ ਕੋਈ ਸਕੀਮ ਨਹੀਂ ਹੈ। ਜਦੋਂ ਵੀ ਸਰਕਾਰ ਦੀ ਕੋਈ ਸਕੀਮ ਆਈ ਅਸੀਂ ਖੁਦ ਲੋਕਾਂ ਨੂੰ ਦੱਸਾਂਗੇ। ਹੁਣ ਪ੍ਰਧਾਨ ਮੰਤਰੀ ਜੀ ਨੇ ਇੱਕ ਆਯੁਸ਼ਮਾਨ ਭਾਵ ਯੋਜਨਾ ਸ਼ੁਰੂ ਕੀਤੀ ਹੈ ਜਿਹੜਾ ਕਿ ਪੰਜਾਬ ਦੇ ਵਿੱਚ 20 ਤਰੀਕ ਨੂੰ ਸਾਡੇ ਮਾਣਯੋਗ ਮੁੱਖ ਮੰਤਰੀ ਜੀ ਨੇ ਸ਼ੁਰੂ ਕਰਨੀ ਹੈ। ਉਸ ਬਾਰੇ ਕੱਲ੍ਹ ਮੀਟਿੰਗ ਹੋਈ ਸੀ, ਉਹ ਅਸੀਂ ਆਪਣੇ ਜਿਹੜੇ ਸਾਡੇ SMO ਨੇ ਔਰ BDOs ਨੇ ਔਰ ਸੇਵਾ ਕੇਂਦਰ ਹੈ ਉਹਨਾਂ ਨੂੰ ਇਹ ਡਾਇਰੈਕਸ਼ਨ ਵੀ ਦੇ ਦਿੱਤੀ ਹੈ ਕਿ ਜਿਹੜੀ ਆਯੁਸ਼ਮਾਨ ਬੀਮਾ ਯੋਜਨਾ ਆ ਰਹੀ ਹੈ ਇਸ ਦੇ ਵਿੱਚ ਹਰ ਇੱਕ ਫਾਰਮ ਭਰਨ ਦੇ 30 ਰੁਪਏ ਲਏ ਜਾਣਗੇ ਔਰ ਜੋ ਲੋਕਾਂ ਦੇ ਜਿਹੜੇ ਨਾਂ ਪਹਿਲਾਂ ਹੀ ਅਪਲੋਡ ਕਰ ਦਿੱਤੇ ਗਏ ਨੇ ਅਤੇ ਉਹਨਾਂ ਦੇ ਫਾਰਮ ਲਏ ਜਾਣਗੇ। ਜਿਸ ਤਰ੍ਹਾਂ ਇਹ ਸਕੀਮ ਆਈ ਹੈ ਇਸੇ ਤਰ੍ਹਾਂ ਜੇ ਕੋਈ ਵੀ ਸਰਕਾਰ ਦੀ ਸਕੀਮ ਆਈ ਅਸੀਂ ਉਹਨਾਂ ਨੂੰ ਲੋਕਾਂ ਨੂੰ ਦੱਸਾਂਗੇ। ਇਸ ਕਰਕੇ ਗੁੰਮਰਾਹ ਹੋਣ ਦੀ ਲੋੜ ਨਹੀਂ ਹੈ, ਕਿਸੇ ਦੇ ਅਕਾਊਂਟ 'ਚ ਕੋਈ ਪੈਸਾ ਨਹੀਂ ਆਉਣਾ ਅਤੇ ਲੋਕ ਭੋਲੇ ਭਾਲੇ ਜਿਹੜੇ ਹੈਗੇ ਨੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਏਜੰਟਾਂ ਦੇ ਚੁੰਗਲ 'ਚ ਨਾ ਫਸਣ ਔਰ ਕੋਈ ਇੱਦਾਂ ਦੇ ਫਾਰਮ ਭਰ ਕੇ ਆਪਣਾ ਬਾਹਰ ਕਿਸੇ ਨੂੰ 100 ਰੁਪਇਆ ਦੇ ਰਹੇ ਨੇ, ਕਿਸੇ ਨੂੰ 200 ਰੁਪਇਆ ਦੇ ਰਹੇ ਨੇ ਫਾਰਮ ਭਰਨ 'ਤੇ, ਇਹਨਾਂ ਚੀਜ਼ਾਂ ਤੋਂ ਬਚਣ। ਜਦੋਂ ਸਰਕਾਰ ਦੀ ਕੋਈ ਪਾਲਿਸੀ ਆਈ ਅਸੀਂ ਖੁਦ ਉਹਨਾਂ ਨੂੰ ਇਹ ਦੱਸਾਂਗੇ। ਸਰ, ਛੋਟੀਆਂ ਸਕੀਮਾਂ ਜਿਹੜੀਆਂ ਲੋਕਾਂ ਦੇ ਵਿੱਚ ਜਹਿਨ 'ਚ ਫਸੀਆਂ ਹੋਈਆਂ ਉਹਦੇ ਬਾਰੇ ਲੋਕਾਂ ਨੂੰ ਅਸੀਂ ਸਪਸ਼ਟ ਕੀਤਾ ਕਿ ਜਿਸ ਤਰ੍ਹਾਂ ਹੁਣ ਆਯੁਸ਼ਮਾਨ ਭਾਵ ਬੀਮਾ ਸਿਹਤ ਯੋਜਨਾ ਆਈ ਹੈ ਜਿਸ ਦੇ ਵਿੱਚ 5 ਲੱਖ ਰੁਪਏ ਤੱਕ ਦਾ ਬੀਮਾ ਕੀਤਾ ਜਾਵੇਗਾ ਔਰ ਸਿੱਧੇ ਪੈਸੇ ਹਸਪਤਾਲ 'ਚ ਜਾਣਗੇ, ਲੋਕਾਂ ਨੂੰ ਕੋਈ ਵੀ ਪੈਸਾ ਖਰਚ ਨਹੀਂ ਕਰਨਾ ਪਏਗਾ। ਪੰਜਾਬ ਦੇ ਵਿੱਚ 20 ਤਰੀਕ ਤੋਂ ਇਹ ਜਿਹੜੀ ਯੋਜਨਾ ਲਾਗੂ ਹੋਵੇਗੀ, ਇਸ ਦੇ ਬਾਰੇ ਅਸੀਂ ਸੇਵਾ ਕੇਂਦਰਾਂ ਵਿੱਚ ਕਹਿ ਦਿੱਤਾ। ਇਸ ਤੋਂ ਪਹਿਲੇ ਜਿਹੜੀ ਪ੍ਰਧਾਨ ਮੰਤਰੀ ਉਜਵਲ ਯੋਜਨਾ ਚੱਲ ਰਹੀ ਹੈ ਸਿਲੰਡਰਾਂ ਬਾਰੇ, ਉਹ ਵੀ ਅਸੀਂ ਆਪ ਕੈਂਪ ਲਗਾ ਕੇ ਲੋਕਾਂ ਨੂੰ ਸਾਰਾ ਦੱਸਿਆ। ਇਸੇ ਤਰ੍ਹਾਂ ਜਦੋਂ ਵੀ ਕੋਈ ਯੋਜਨਾ ਆਈ ਅਸੀਂ ਆਪ ਦੱਸਾਂਗੇ, ਕਿਸੇ ਵੀ ਏਜੰਟ ਦੇ ਚੁੰਗਲ 'ਚ ਨਾ ਫਸੋ ਔਰ ਨਾ ਹੀ ਕੋਈ ਅਫਵਾਹ ਦੇ ਵਿੱਚ ਯਕੀਨ ਕਰੋ। ਹਾਲੇ ਇਸ ਤਰ੍ਹਾਂ ਦੀ ਕੋਈ ਯੋਜਨਾ ਨਹੀਂ ਹੈ ਕਿ ਆਪ ਜੀ ਦੇ ਖਾਤਿਆਂ ਦੇ ਵਿੱਚ 15-15 ਲੱਖ ਜਾਂ ਕੋਈ ਵੀ ਪੈਸਾ ਜਾਏ।